ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਧਾਵਾ ਲਗਭਗ 8 ਮਹੀਨੇ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਇੱਕ ਕਹਾਣੀ ਸੁਣਾਈ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਸੀਨੀਅਰ ਅਫਸਰਾਂ ਨੇ ਇਹਨਾਂ ਨੇ ਮਿਲ ਕੇ ਪੰਜਾਬ ਸਰਕਾਰ ਨੂੰ ਹੀ ਚੂਨਾ ਲਾਤਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਕਰੋੜਾਂ ਰੁਪਏ ਦੇ ਇਹਨਾਂ ਨੇ ਮੁਆਵਜ਼ੇ ਲੈ ਲਏ ਔਰ ਇਹਨਾਂ ਮੁਆਵਜ਼ਿਆਂ ਨੂੰ ਲੈਣ ਵਾਲੇ ਇਕੱਲੇ ਇੱਕ ਅਫਸਰ ਨਹੀਂ ਸੀ ਇੱਕ ਆਈਐਸ ਅਫਸਰ ਸੀ ਇੱਕ ਕਮਿਸ਼ਨਰ ਸੀ ਇੱਕ ਡੀਸੀਸੀ ਡਿਪਟੀ ਕਮਿਸ਼ਨਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਔਰ ਇਹਨਾਂ ਦੀਆਂ ਪਤਨੀਆਂ ਵੀ ਸੀ ਇਸ ਤੋਂ ਇਲਾਵਾ ਇੱਕ ਪੀਸੀਐਸ ਅਫਸਰ ਸੀ ਔਰ ਇਸ ਤੋਂ ਇਲਾਵਾ ਇੱਕ ਕਾਨੂੰਗੋ ਸੀ ਦੋ ਪਟਵਾਰੀ ਸੀ ਔਰ ਹਾਰਟੀਕਲਚਰ ਡਿਪਾਰਟਮੈਂਟ ਜਿਸ ਨੂੰ ਅਸੀਂ ਬਾਗਵਾਨੀ ਦਾ ਮਹਿਕਮਾ ਕਹਿ ਦਿੰਦੇ ਆ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਵੀ ਸੀ ਔਰ ਇਸ ਮਾਮਲੇ ਦੇ ਵਿੱਚ ਅੱਜ ਤੱਕ 33 ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਵਿਜੀਲੈਂਸ ਬਿਊਰੋ ਵੱਲੋਂ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ 2 ਮਈ ਸਾਲ 2023 ਨੂੰ ਇਸ ਮਾਮਲੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਸੀ ਔਰ 18 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਔਰ ਮੁੱਢਲੀ ਤਫ਼ਤੀਸ਼ ਦੇ ਵਿੱਚ ਕਿਸ ਵਿਅਕਤੀ ਨੇ ਕਿੰਨਾ ਕਰੋੜ ਰੁਪਇਆ ਮੁਆਵਜ਼ਾ ਲਿਆ ਅਮਰੂਦਾ ਦੇ ਨਕਲੀ ਬਾਗ ਦਿਖਾ ਕੇ ਉਹਦਾ ਵੀ ਜ਼ਿਕਰ ਆ ਔਰ ਇਹ ਸਾਰੀ ਕਹਾਣੀ ਮੈਂ ਤੁਹਾਨੂੰ ਅੱਜ ਦੱਸੂਗਾ ਪਰ ਮੈਂ ਤੁਹਾਨੂੰ ਪਹਿਲੀ ਗੱਲ ਇਹ ਦੱਸਦਾ ਕਿ ਅੱਜ ਸਵੇਰ ਤੋਂ ਹੀ ਇਹਨਾਂ ਸਾਰਿਆਂ ਦੇ ਘਰਾਂ ਤੇ ਛਾਪੇ ਵੱਜ ਰਹੇ ਨੇ ਔਰ ਖਾਸ ਤੌਰ ਤੇ ਛਾਪੇ ਵੱਜ ਰਹੇ ਨੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵਰਨ ਰੂਜਮ ਇਹਨਾਂ ਦਾ ਨਾਮ ਤਾਂ ਇਹਦੇ 'ਚ ਹੈ ਨਹੀਂ ਸੀ ਪਰ ਇਹਨਾਂ ਦੇ ਘਰ ਦਾ ਨਾਮ ਸੀ ਇਹ ਮੈਂ ਸਾਰਾ ਤੁਹਾਨੂੰ ਦੱਸੂਗਾ ਔਰ ਉਹਨਾਂ ਦਾ ਘਰ ਹੈ ਸੈਕਟਰ 20 ਬੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ 3014 ਨੰਬਰ ਇਸੇ ਤਰ੍ਹਾਂ ਰਜੇਸ਼ ਧਮਾਨ ਇਹ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਔਰ ਇਹਨਾਂ ਦਾ ਵੀ ਉੱਥੇ ਅਫੀਸ਼ੀਅਲ ਰੈਜ਼ਿਡੈਂਸ ਆ ਔਰ ਇਹਨਾਂ ਦਾ ਆਪਣਾ ਨਾਮ ਨਹੀਂ ਸੀ ਪਰ ਇਹਨਾਂ ਦੀ ਪਤਨੀ ਦਾ ਨਾਮ ਸੀ ਜਿਹੜੇ ਕੀ ਪਟਿਆਲੇ ਦਾ ਐਡਰੈਸ ਇਸ ਐਫ ਆਈ ਆਰ ਦੇ ਵਿੱਚ ਦਿੱਤਾ ਹੋਇਆ ਇਸ ਐਫ ਆਈ ਆਰ ਦੇ ਅਨੁਸਾਰ ਉਹਨਾਂ ਦੇ ਘਰ ਤੇ ਵੀ ਅੱਜ ਸਵੇਰੇ ਰੇਡਸ ਜਾਂ ਜਿਹਨੂੰ ਆਪਾਂ ਕਹਿ ਸਕਦੇ ਕਿ ਸਰਚ ਆਪਰੇਸ਼ਨਸ ਹੋਏ ਈਡੀ ਇਹਨਾਂ ਤੋਂ ਕਿਸ ਤਰ੍ਹਾਂ ਦੇ ਦਸਤਾਵੇਜ਼ ਚਾਹੁੰਦੀ ਆ ਜਾਂ ਲੱਭ ਰਹੀ ਆ ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੂ ਪਰ ਅੱਜ ਮੈਂ ਤੁਹਾਨੂੰ ਤਫਸੀਲ ਦੇ ਨਾਲ ਦੱਸਦਾ ਕਿ ਇਹ ਸਾਰਾ ਮਾਜਰਾ ਹੈ ਕੀ ਆ ਕਿਸ ਤਰ੍ਹਾਂ ਨਕਲੀ ਅਮਰੂਦਾ ਦੇ ਬਾਗ ਦਿਖਾ ਕੇ ਇਹਨਾਂ ਸਾਰਿਆਂ ਨੇ ਕਰੋੜਾ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਔਰ ਕਰੋੜਾ ਰੁਪਏ ਦੇ ਮੁਆਵਜ਼ੇ ਲਈ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸੂਗਾ ਅਗਲੀ ਗੱਲ ਕਰਾਂਗੇ ਰਵਨੀਤ ਸਿੰਘ ਬਿੱਟੂ ਦੀ ਉਹ ਲੁਧਿਆਣੇ ਦਾ ਐਮਪੀ ਜਿਹੜਾ ਦੋ ਵਾਰੀ ਲੁਧਿਆਣੇ ਤੋਂ ਐਮਪੀ ਬਣਿਆ ਕਾਂਗਰਸ ਦਾ ਉਹ ਐਮਪੀ ਜਿਹੜਾ ਅਨੰਦਪੁਰ ਸਾਹਿਬ ਤੋਂ ਵੀ ਇਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਬਣਿਆ ਤੇ ਜਿਹੜਾ ਕਿਸੇ ਵਕਤ ਰਾਹੁਲ ਗਾਂਧੀ ਦਾ ਬੜਾ ਨਜ਼ਦੀਕੀ ਦੱਸਿਆ ਜਾਂਦਾ ਸੀ ਅਚਾਨਕ ਉਸਨੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਫੜ ਲਿਆ ਤੇ ਕਹਤਾ ਕਿ ਕਾਂਗਰਸ ਨੂੰ ਤਾਂ ਟਾਟਾ ਬਾਏ ਬਾਏ ਕਹਤਾ ਕੀ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੇ ਉਮੀਦ ਕੀਤੀ ਸੀ ਪਰ ਜਿਸ ਤਰ੍ਹਾਂ ਦੇ ਸੰਕੇਤ ਆ ਰਹੇ ਸੀ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਟਿੱਪਣੀਆਂ ਆ ਰਹੀਆਂ ਸੀ ਲੱਗ ਇਹੀ ਰਿਹਾ ਸੀ ਕਿ ਇਹ ਜ਼ਿਆਦਾਤਰ ਕਾਂਗਰਸ ਛੋਂ ਟਿਕਣ ਵਾਲੇ ਨਹੀਂ ਆ ਕਿਸੇ ਵਕਤ ਵੀ ਕਿਸੇ ਪਾਰਟੀ ਦੇ ਵਿੱਚ ਜਾ ਸਕਦੇ ਆ ਪਰ ਇੱਕ ਗੱਲ ਹੋਰ ਵੀ ਪੱਕੀ ਹੋ ਗਈ ਹੈ ਨਾਤਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਲਈ ਕੈਂਡੀਡੇਟ ਲੱਭ ਰਹੇ ਨੇ ਉਮੀਦਵਾਰ ਲੱਭ ਰਹੇ ਆ ਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਇਸ ਸਾਰੇ ਮਾਮਲੇ ਨੂੰ ਸਮਝਣ ਦੀ ਅਜੇ ਕੋਸ਼ਿਸ਼ ਕਰਨੇ ਆ ਪੰਜਾਬ ਵਿਜੀਲੈਂਸ ਬਿਊਰੋ 2 ਮਈ ਸਾਲ 2023 ਨੂੰ ਇੱਕ ਐਫ ਆਈ ਆਰ ਦਰਜ ਕਰਦੀ ਆ ਔਰ ਉਹਦੇ ਵਿੱਚ 18 ਵਿਅਕਤੀਆਂ ਦੇ ਖਿਲਾਫ ਇਹ ਐਫ ਆਈ ਆਰ ਦਰਜ ਹੁੰਦੀ ਹੈ ਇੱਕ ਕੇਸ ਦਰਜ ਹੁੰਦਾ ਔਰ ਕਿਹਾ ਜਾਂਦਾ ਕਿ ਇਹਨਾਂ ਸਾਰਿਆਂ ਨੇ ਸਾਲ 2016 ਤੋਂ ਲੈ ਕੇ ਤੇ ਸਨ 2021 ਤੱਕ 5 ਸਾਲ ਇਹਨਾਂ ਨੇ ਸਰਕਾਰੀ ਖਜ਼ਾਨੇ ਚੋਂ ਮੁਆਵਜ਼ੇ ਲਏ ਕੰਪਨਸੇਸ਼ਨ ਲਈ ਸਰਕਾਰ ਨੂੰ ਧੋਖੇ ਦੇ ਵਿੱਚ ਰੱਖ ਕੇ ਜਾਂ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੇਰੇ ਦੇ ਵਿੱਚ ਰੱਖ ਕੇ ਇਹਨਾਂ ਨੇ ਇਹ ਮੁਆਵਜ਼ੇ ਲਏ ਔਰ ਕੱਲੇ ਅਫਸਰਾਂ ਨੇ ਇਹ ਮੁਆਵਜ਼ੇ ਨਹੀਂ ਲਏ ਇਹਦੇ ਵਿੱਚ ਕਈ ਪ੍ਰਾਈਵੇਟ ਬੰਦੇ ਨੇ ਕਈ ਸੀਨੀਅਰ ਅਫਸਰ ਨੇ ਇਹੀ ਗੱਲ ਇਸ ਐਫ ਆਈ ਆਰ ਦੇ ਵਿੱਚ ਲਿਖੀ ਹੋਈ ਆ ਹੁਣ ਮੈਂ ਤੁਹਾਨੂੰ ਦੱਸਦਾ ਕਿ ਖਾਸ ਜਿਹੜੇ ਵੱਡੇ ਵੱਡੇ ਨਾਮ ਇਹਦੇ ਵਿੱਚ ਉੱਭਰ ਕੇ ਆਏ ਨੇ ਉਹ ਕਿਹੜੇ ਅਫਸਰਾਂ ਦੇ ਨੇ ਇੱਕ ਨਾਮ ਆਉਂਦਾ ਆਈਐਸ ਅਫਸਰ ਵਰਨ ਅਰੂਜਮ ਦਾ ਵੈਸੇ ਉਹ ਸੀਨੀਅਰ ਆਈਐਸ ਅਫਸਰ ਤਾਂ ਹੈ ਹੀ ਆ ਅੱਜਕੱਲ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲਿਕਰ ਪਾਲਿਸੀ ਬਣੀ ਆ ਪੰਜਾਬ ਦੀ ਸ਼ਰਾਬ ਪਾਲਿਸੀ ਬਣੀ ਆ ਖੈਰ ਇਹਨਾਂ ਨੇ ਬਣਾਈ ਆ ਔਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਕਿ ਇਹ ਐਫਆਈਆਰ ਤਾਂ ਹੋਈ ਆ ਦਰਜ ਪਰ ਇਹਨਾਂ ਤੇ ਬਾਈ ਨੇਮ ਕੋਈ ਪਰਚਾ ਨਹੀਂ ਦਰਜ ਹੋਇਆ ਯਾਨੀ ਕਿ ਵਰਨ ਅਰੂਜਮ ਦਾ ਇਸ ਵਿੱਚ ਨਾਮ ਨਹੀਂ ਆ ਅਗਲੀ ਗੱਲ ਸੁਣ ਲਓ ਇੱਥੇ ਇਹ ਲਿਖਿਆ ਕਿ ਇੱਕ ਸੁਮਨ ਪ੍ਰੀਤਕੌਰ ਨਾਮ ਦੀ ਔਰਤ ਆ ਔਰ ਉਸ ਦਾ ਘਰ ਦਾ ਨੰਬਰ ਹੈ 3014 ਸੈਕਟਰ 2D 3014 ਦਰਅਸਲ ਵਰੁਨ ਰੂਜਮ ਦਾਈ ਘਰ ਆ ਤੇ ਇਸੇ ਕਰਕੇ ਕਿਹਾ ਜਾਂਦਾ ਕਿ ਇਹਨਾਂ ਨੇ ਵੀ ਮੁਆਵਜ਼ੇ ਲਏ ਆ ਗਮਾੜਾ ਦੇ ਕੁਝ ਜਦੋਂ ਅਸੀਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੂੰ ਆਪਾਂ ਕਹਿੰਦੇ ਆ ਗਮਾਟਾ ਦੇ ਜਦੋਂ ਅਸੀਂ ਰੈਕર્ડਸ ਚੈੱਕ ਕੀਤੇ ਤੇ ਉਹਦੇ ਵਿੱਚ ਇਹਨਾਂ ਦਾ ਨਾਮ ਜ਼ਰੂਰ ਸੀ ਹਾਲਾਂਕਿ ਜਦੋਂ ਅਸੀਂ ਵਰਨ ਅਰੂਜਮ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਉਹ ਕਹਿੰਦੇ ਸਾਡਾ ਗਲਤੀ ਦੇ ਨਾਲ ਨਾਮ ਆ ਗਿਆ ਹੋ ਸਕਦਾ ਇਹਨਾਂ ਦਾ ਗਲਤੀ ਦੇ ਨਾਲ ਨਾਮ ਆ ਗਿਆ ਹੋਵੇ ਪਰ ਇਹਨਾਂ ਦਾ ਘਰ ਦਾ ਨੰਬਰ ਕਿਸ ਤਰ੍ਹਾਂ ਆ ਗਿਆ ਦਰਅਸਲ ਇਹਨਾਂ ਦੀ ਪਤਨੀ ਦਾ ਨਾਮ ਸੁਮਨਪ੍ਰੀਤ ਕੌਰ ਨੀਆ ਸਿਮਰਪ੍ਰੀਤ ਕੌਰ ਇੱਥੇ ਵੀ ਥੋੜਾ ਫਰਕ ਦੱਸਿਆ ਜਾਂਦਾ ਪਰ ਇਹਨਾਂ ਦੇ ਘਰ ਦਾ ਨਾਮ ਤਾਂ 3014 ਸੈਕਟਰ 20 ਡੀ ਚੰਡੀਗੜ੍ਹ ਹੀ ਆ ਔਰ ਜਿੱਥੇ ਸਵੇਰ ਤੋਂ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਐਨਫੋਰਸਮੈਂਟ ਡਾਇਰੈਕਟਰੀਟ ਜਾਂ ਈਡੀ ਦੀਆਂ ਟੀਮਾਂ ਸਵੇਰ ਤੋਂ ਸਰਚ ਆਪਰੇਸ਼ਨਸ ਕਰ ਰਹੀਆਂ ਨੇ ਜਾਂ ਇਹਨਾਂ ਤੋਂ ਸਵਾਲ ਜਵਾਬ ਪੁੱਛ ਰਹੀਆਂ ਨੇ ਇਹਨਾਂ ਤੋਂ ਪਰਫਾਰਮੇ ਪ੍ਰਵਾਈ ਜਾ ਰਹੇ ਨੇ ਕੁਝ ਡਾਕੂਮੈਂਟਸ ਹੁੰਦੇ ਆ ਉਹਨਾਂ ਤੇ ਇਹਨਾਂ ਨੇ ਦਸਤਖਤ ਵੀ ਕਰਨੇ ਹੁੰਦੇ ਆ ਇਹ ਸਾਰਾ ਕੁਝ ਚੱਲ ਰਿਹਾ ਇਸੇ ਵਕਤ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਵਰਨੂ ਰੂਜਮ ਦੇ ਘਰੇ ਉਸੇ ਵਕਤ ਹੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਿਮਾਨ ਉਹਨਾਂ ਦੇ ਘਰੇ ਵੀ ਇਸੇ ਤਰ੍ਹਾਂ ਦੇ ਸਰਚ ਆਪਰੇਸ਼ਨ ਈਡੀ ਵੱਲੋਂ ਜਾਂ ਈਡੀ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸੀ ਉਹ ਵੀ ਇਸ ਤਰ੍ਹਾਂ ਦੇ ਸਰਚ ਆਪਰੇਸ਼ਨ ਕਰ ਰਏ ਸੀ ਔਰ ਪਤਾ ਹੁਣ ਇਹ ਲੱਗਾ ਕਿ ਲਗਭਗ 15 ਇਸ ਤਰ੍ਹਾਂ ਦੇ ਅਫਸਰ ਵੀ ਨੇ ਤੇ ਪ੍ਰਾਈਵੇਟ ਲੋਕ ਵੀ ਆ ਜਿਨ੍ਹਾਂ ਨੇ ਇਹ ਅਮਰੂਦਾ ਦੇ ਮੁਆਵਜ਼ੇ ਲੈਏ ਸੀ ਔਰ ਉਹਨਾਂ ਦੀ ਇਹ ਸਰਚ ਇਸ ਕਰਕੇ ਹੋ ਰਹੀ ਹੈ ਕਿਉਂਕਿ ਈਬੀ ਨੂੰ ਲੱਗਦਾ ਕਿ ਹੋ ਸਕਦਾ ਇਹਨਾਂ ਨੇ ਇਹਨਾਂ ਅਮਰੂਦਾ ਦੇ ਮੁਆਵਜ਼ੇ ਦੇ ਨੇਰੇ ਦੇ ਵਿੱਚ ਜਾਂ ਉਸ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਲੇ ਧਨ ਨੂੰ ਸਫੇਤਾ ਨਹੀਂ ਕੀਤਾ ਕੋਈ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਤੇ ਇਹਨਾਂ ਤੇ ਮਾਮਲਾ ਨਹੀਂ ਬਣਦਾ ਇਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਰਾਜੇਸ਼ ਧਿਮਾਨ ਦਾ ਵੀ ਸਿੱਧਾ ਨਾਮ ਨਹੀਂ ਆ ਉਹਨਾਂ ਦੀ ਪਤਨੀ ਦਾ ਨਾਮ ਜ਼ਰੂਰ ਆ ਜੈਸਮੀਨ ਕੌਰ ਔਰ ਉਹਨਾਂ ਦਾ ਜਿਹੜਾ ਐਡਰੈਸ ਲਿਖਿਆ ਇਸ ਐਫ ਆਈ ਆਰ ਦੇ ਵਿੱਚ ਉਹ ਹੈ 52 ਈ ਜੇਲ ਰੋਡ ਪੁਲਿਸ ਲਾਈਨ ਪਟਿਆਲਾ ਤੇ ਇਹ ਰਾਜੇਸ਼ ਧਿਮਾਨ ਦੀ ਵਾਈਫ ਆ ਜਿਹੜੀ ਜੈਸਮੀਨ ਕੌਰ ਇਹ ਇੱਥੇ ਰਹਿੰਦੀ ਆ ਸੋ ਇਸ ਕਰਕੇ ਇਹਨਾਂ ਦੀ ਚੀਜ਼ ਇਹ ਪੁਖਤਾ ਹੁੰਦੀ ਆ ਹੁਣ ਹੋਨੇ ਆ ਕਿ ਇਸ ਕੇਸ ਦੇ ਵਿੱਚ ਹੋਰ ਕਿਹੜੇ ਕਿਹੜੇ ਮੁਖਦੋਸ਼ੀ ਨੇ ਸਰਗਨਾ ਜਿਹਨੂੰ ਅਸੀਂ ਮਾਸਟਰਮਾਈਂਡ ਕਹਿੰਨੇ ਆ ਇਸ ਅਮਰੂਦਾਂ ਦੇ ਬਾਗਾਂ ਦੇ ਮੁਹਾਫਜ਼ੇ ਦਾ ਉਹ ਮੰਨਿਆ ਜਾਂਦਾ ਇੱਕ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਨਾਮ ਦਾ ਇਹ ਵਿਅਕਤੀ ਹੈ ਇਹਦੇ ਖਿਲਾਫ ਚਾਰ ਸ਼ੀਟ ਵੀ ਫਾਈਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਇਹ ਬਕਰਪੁਰ ਦਾ ਰਹਿਣ ਵਾਲਾ ਔਰ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇਹ ਸਕੀਮ ਚਲਾਈ ਸੀ ਜਦੋਂ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੋਂ ਸੀ ਗਮਾੜਾ ਕਹਿੰਦੇ ਆ ਗਮਾੜਾ ਨੇ ਜਦੋਂ ਇਹ ਅਨਾਉਂਸ ਕੀਤਾ ਕਿ ਅਸੀਂ ਬਕਰਪੁਰ ਪਿੰਡ ਤੋਂ ਕੁਝ ਜ਼ਮੀਨ ਐਕਵਾਇਰ ਕਰਨੀ ਆ ਯਾਨੀ ਕਿ ਮੁਹਾਲੀ ਦੇ ਇਸ ਪਿੰਡ ਤੋਂ ਕੁਛ ਅਸੀਂ ਜ਼ਮੀਨ ਲੈਣੀ ਆ ਉਦੋਂ ਤੋਂ ਹੀ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਇੱਥੇ ਤਾਂ ਜ਼ਮੀਨ ਅਕਵਾਇਰ ਹੋਣੀ ਆ ਫਿਰ ਇਹਨਾਂ ਨੇ ਕੀਤਾ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਚਲੋ ਜ਼ਮੀਨ ਦੇ ਤਾਂ ਜਿਹੜੇ ਪੈਸੇ ਮਿਲਣੇ ਮਿਲਨੇ ਆ ਆਪਾਂ ਇਸ ਤਰ੍ਹਾਂ ਕਰਦੇ ਆ ਕਿ ਇੱਥੇ ਅਸੀਂ ਅਮਰੂਦਾਂ ਦੇ ਬਾਗ ਦਿਖਾ ਦਨੇ ਆ ਔਰ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਅਮਰੂਦਾਂ ਦੇ ਬਾਗਾਂ ਦਾ ਫਰੂਟ ਹੁੰਦਾ ਜਾਂ ਅਮਰੂਦ ਹੁੰਦੇ ਆ ਉਹ ਲਗਭਗ 20 ਸਾਲ ਬਾਅਦ ਉਹਦਾ ਫਲ ਆਉਂਦਾ ਜਾਂ ਉਸ ਫਲ ਦਾ ਆਨੰਦ ਆਪਾਂ ਮਾਣ ਸਕਦੇ ਆ ਇਹ ਗੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਕਹਿੰਦੀ ਆ ਇਹਨਾਂ ਨੇ ਕੀ ਕੀਤਾ ਕਿ ਇਹਨਾਂ 5 ਸਾਲਾਂ 'ਚ ਇਹਨਾਂ ਬੂਟਿਆਂ ਨੂੰ ਵੱਡਾ ਦਿਖਾ ਕੇ ਉਹਦੇ ਵੀ ਮੁਆਵਜ਼ੇ ਲੈ ਲੇ ਇੱਥੋਂ ਤੱਕ ਇਹਨਾਂ ਨੇ ਕੀਤਾ ਵੈਸੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਲੁਧਿਆਣੇ ਦੀ ਉਹਨਾਂ ਦੇ ਐਕਸਪਰਟਸ ਦੇ ਹਿਸਾਬ ਦੇ ਨਾਲ 1 ਇਕੜ ਦੇ ਵਿੱਚ ਕੇਵਲ ਅਮਰੂਦਾਂ ਦੇ 132 ਬੂਟੇ ਲਾ ਸਕਦੇ ਆ 132 ਬੂਟੇ ਲਾਏ ਜਾ ਸਕਦੇ ਆ ਪਰ ਇਹਨਾਂ ਨੇ ਕੀ ਕੀਤਾ ਤੁਸੀਂ ਦੇਖੋ ਲਾਲਚ ਇਹਨਾਂ ਲੋਕਾਂ ਦਾ ਕਿੰਨਾ ਵੱਧ ਆ ਇਹਨਾਂ ਨੇ 1 ਇਕੜ ਦੇ ਵਿੱਚ 2000 ਤੋਂ ਲੈ ਕੇ 25000 ਬੂਟਾ ਦਿਖਾਇਆ ਕਿ ਇੰਨਾ ਬੂਟਾ ਸਾਡੇ ਲੱਗਾ ਇਸ ਕਰਕੇ ਸਾਨੂੰ ਇਸ ਦੇ ਹਿਸਾਬ ਦੇ ਨਾਲ ਪੈਸੇ ਦਿਓ ਔਰ ਇੱਕ ਬੂਟੇ ਦਾ ਪੈਸਾ ਪਤਾ ਇਹਨਾਂ ਨੇ ਕਿੰਨਾ ਲਿਆ 5000 ਤੇ 500 ਰੁਪਇਆ ਔਰ ਕਈਆਂ ਨੇ ਇਸ ਤੋਂ ਵੀ ਵੱਧ ਲਿਆ ਇਸੇ ਕਰਕੇ ਇਹ ਘਟਾਲਾ ਜਦੋਂ ਮੈਂ ਪੰਜਾਬ ਦੇ ਵਿਜੀਲੈਂਸ ਬਿਊਰੋ ਦੇ ਨਾਲ ਗੱਲ ਕੀਤੀ ਸੀਨੀਅਰ ਅਫਸਰਾਂ ਦੇ ਨਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਾਰੇ ਦਾ ਸਾਰਾ ਘਟਾਲਾ 165 ਕਰੋੜ ਤੋਂ ਲੈ ਕੇ 170 ਕਰੋੜ ਤੱਕ ਦਾ ਹੋ ਸਕਦਾ ਇਹਨੇ ਮੁਆਵਜ਼ੇ ਇਹਨਾਂ ਨੇ ਸਰਕਾਰੀ ਖਜ਼ਾਨੇ ਤੋਂ ਲੈ ਲੇ ਅੱਗੇ ਚੱਲਦੇ ਹਾਂ ਇਸੇ ਤਰ੍ਹਾਂ ਇੱਕ ਮੁਕੇਸ਼ ਜਿੰਦਲ ਇਹ ਵੀ ਆ ਮਾਡਲ ਟਾਊਨ ਬਠਿੰਡੇ ਦਾ ਇਸ ਤੋਂ ਇਲਾਵਾ ਵਿਸ਼ਾਲ ਪੰਡਾਰੀ ਆ ਇਹ 40 ਸੈਕਟਰ ਚੰਡੀਗੜ੍ਹ ਦੇ ਵਿੱਚ ਰਹਿੰਦਾ ਬਿੰਦਰ ਸਿੰਘ ਆ ਸੈਕਟਰ 79 ਦਾ 79 ਮੁਹਾਲੀ ਦਾ ਤੇ ਇਸ ਤੋਂ ਇਲਾਵਾ ਬਚਿੱਤਰ ਸਿੰਘ ਇਹ ਪਟਵਾਰੀ ਸੀ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਸਨ 2016 ਤੋਂ ਲੈ ਕੇ ਸਨ 2021 ਤੱਕ ਤੇ ਅੱਜ ਕੱਲ ਇਹ ਕਾਨੂੰਗੋ ਬਣ ਗਿਆ ਇਹ ਵੀ ਇਹਦੇ ਵਿੱਚ ਸ਼ਾਮਲ ਆ ਤੇ ਇਹਨਾਂ ਸਾਰਿਆਂ ਦੇ ਖਿਲਾਫ ਚਾਰ ਸ਼ੀਟ ਫਾਈਲ ਕੀਤੀ ਜਾ ਚੁੱਕੀ ਆ ਔਰ ਇਸ ਤੋਂ ਇਲਾਵਾ ਵਿਸ਼ਾਲੀ ਇਹ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਸੀ ਔਰ ਇਸ ਨੂੰ ਗ੍ਰਿਫਤਾਰ ਕੀਤਾ ਸੀ ਇਸੇ ਤਰ੍ਹਾਂ ਜਸਪ੍ਰੀਤ ਸਿੰਘ ਸਿੱਧੂ ਇਹ ਵੀ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਸੀ ਇਹਨੂੰ ਵੀ ਗ੍ਰਿਫਤਾਰ ਕੀਤਾ ਸੀ ਜਦੋਂ ਇਹ ਚਾਰ ਸ਼ੀਟ ਫਾਈਲ ਕੀਤੀ ਗਈ 6000 ਪੰਨਿਆਂ ਦੀ ਚਾਰ ਸ਼ੀਟ ਸੀ ਤੇ ਲਗਭਗ 33 ਦੇ ਕਰੀਬ 33 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਇਹ ਵੱਖਰੀ ਗੱਲ ਆ ਕਿ ਬਾਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਜ਼ਮਾਨਤਾ ਮਿਲ ਗਈਆਂ ਇੱਕ ਗੱਲ ਹੋਰ ਵੀ ਦੱਸਣਾ ਤੁਹਾਨੂੰ ਜਦੋਂ ਇਹ ਸਾਰੇ ਜ਼ਮਾਨਤਾ ਲੈਣ ਗਏ ਅਦਾਲਤ ਦੇ ਵਿੱਚ ਤੇ ਉੱਥੇ ਜਾ ਕੇ ਇਹ ਸਾਰੇ ਰੋਣ ਲੱਗ ਗਏ ਕਹਿੰਦੇ ਜੀ ਅਸੀਂ ਜਿਹੜੇ ਮੁਆਵਜ਼ੇ ਲਏ ਨੇ ਕੰਪਨਸੇਸ਼ਨ ਲਈਆ ਅਸੀਂ ਵਾਪਸ ਵੀ ਕਰ ਦਿੰਨੇ ਆ ਤੇ ਅਸੀਂ 15% ਵੱਧ ਵੀ ਦੇ ਦਿੰਨੇ ਆ ਵੈਸੇ ਇਹਨਾਂ ਚੋਂ ਕਈਆਂ ਨੇ ਮੁਆਵਜ਼ੇ ਜਿਹੜੇ ਆ ਉਹ ਮੋੜ ਵੀ ਦਿੱਤੇ ਆ ਲਗਭਗ 44 ਕਰੋੜ ਦੇ ਕਰੀਬ ਮੁਆਵਜ਼ੇ ਇਹਨਾਂ ਵੱਲੋਂ ਮੋੜੇ ਵੀ ਗਏ ਆ ਤੇ ਮੈਂ ਵਿਜੀਲੈਂਸ ਦੇ ਅਫਸਰਾਂ ਨੂੰ ਪੁੱਛਿਆ ਕਿ ਜੇ ਕੋਈ ਚੋਰ ਚੋਰੀ ਕਰੇ ਤੇ ਬਾਅਦ ਦੇ ਵਿੱਚ ਪਤਾ ਲੱਗ ਗਿਆ ਕਿ ਕਿਸੇ ਚੋਰ ਨੇ ਚੋਰੀ ਕੀਤੀ ਹੈ ਤੇ ਉਹ ਚੀਜ਼ਾਂ ਮੋੜ ਦੇ ਕਹਿ ਦੇ ਕਿ ਆ ਲਓ ਆਪਣੀਆਂ ਚੀਜ਼ਾਂ ਤੇ ਮੇਰਾ ਖਿਹੜਾ ਛੱਡੋ ਕਿ ਇਸ ਤਰ੍ਹਾਂ ਇਹਨਾਂ ਚੋਰਾਂ ਦਾ ਜਾਂ ਜਿਨ੍ਹਾਂ ਤੇ ਇਹ ਦੋਸ਼ ਨਹੀਂ ਇਹਨਾਂ ਦਾ ਖਿਹੜਾ ਛੱਡਿਆ ਜਾ ਸਕਦਾ ਤੇ ਉਹਨਾਂ ਨੇ ਬਿਲਕੁਲ ਨਾ ਕਰਤੀ ਕਹਿੰਦੇ ਠੀਕ ਆ ਇਹ ਤਾਂ ਜ਼ਮਾਨਤਾਂ ਦੇਣ ਲਈ ਸਿਰਫ ਤੇ ਸਿਰਫ ਜ਼ਮਾਨਤਾਂ ਲੈਣ ਲਈ ਜਾਂ ਬੇਲ ਲੈਣ ਲਈ ਇਹਨਾਂ ਨੇ ਇਹ ਕੰਪਨਸੇਸ਼ਨ ਵਾਪਸ ਕੀਤੀ ਆ ਪਰ ਇਸ ਚੀਜ਼ ਦੇ ਨਾਲ ਜੋ ਇਹਨਾਂ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜੋ ਐਫ ਆਈ ਆਰ ਹੋਈ ਹੈ ਇਹਨਾਂ ਦਾ ਖੜਾ ਇਹਨਾਂ ਸੌਖਾ ਛੁੱਟਣਾ ਨਹੀਂ ਸਜ਼ਾਵਾ ਇਹਨਾਂ ਨੂੰ ਹੋਣ ਗਿਆ ਇਸ ਤੋਂ ਇਲਾਵਾ ਇਸੇ ਕੇਸ ਦੇ ਵਿੱਚ ਇੱਕ ਪੀ ਸੀ ਐਸ ਅਫਸਰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਗਦੀਸ਼ ਸਿੰਘ ਜੋਲ ਕਿਸੇ ਵਕਤ ਇਹ ਡੀ ਟੀ ਓ ਵੀਰਿਆ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਇਹ ਵੀ ਇਸੇ ਵਿੱਚ ਆਉਂਦਾ ਔਰ ਉਸ ਵਕਤ ਇਹ ਲੈਂਡ ਐਕਵੀਜ਼ੀਸ਼ਨ ਕਲੈਕਟਰ ਸੀ ਔਰ ਇਹਦੇ ਨਾਲ ਦੋ ਪਟਵਾਰੀ ਸੀ ਸੁਰਿੰਦਰਪਾਲ ਸਿੰਘ ਤੇ ਇੱਕ ਹੋਰ ਪਟਵਾਰੀ ਵੀ ਸੀ ਸੁਰਿੰਦਰਪਾਲ ਇਹਨਾਂ ਸਾਰਿਆਂ ਨੇ ਕਿਸ ਤਰ੍ਹਾਂ ਗਮਾੜਾ ਤੋਂ ਇਹ ਸਾਰੇ ਪੈਸੇ ਲਏ ਇਹ ਤੁਸੀਂ ਆਪ ਦੇ ਸਕਦੇ ਹੋ ਕਰੋੜਾਂ ਰੁਪਏ ਔਰ ਇੱਥੇ ਇੱਕ ਹੋਰ ਖੁਲਾਸਾ ਮੈਂ ਤੁਹਾਨੂੰ ਕਰਨਾ ਚਾਹੁੰਦਾ ਜਦੋਂ ਇਹ ਸਾਰਾ ਕੁਝ ਹੋਇਆ ਵਰਨ ਰੂਜਮ ਤੇ ਰਜੇਸ਼ ਟੀਮਾਨ ਇਹ ਆਈਐਸ ਅਫਸਰਾਂ ਉਹਨਾਂ ਦਿਨਾਂ ਦੇ ਵਿੱਚ ਖੁਦ ਇਹ ਗਮਾੜਾ ਦੇ ਚੀਫ ਐਡਮਿਨਿਸਟ੍ਰੇਟਰ ਸੀ ਵਰਨ ਰੂਜਮ ਤੇ ਇਸੇ ਤਰ੍ਹਾਂ ਰਾਜੇਸ਼ ਧਮਾਨ ਇਹਨਾਂ ਦਾ ਡੈਪਟੀ ਸੀ ਇਹ ਦੋਨੇ ਸੀਨੀਅਰ ਅਫਸਰ ਸੀ ਤੇ ਕੀ ਇਹਨਾਂ ਨੂੰ ਧਿਆਨ ਨਹੀਂ ਸੀ ਰੱਖਣਾ ਚਾਹੀਦਾ ਹੁਣ ਕਥੇ ਤੌਰ ਤੇ ਇਹਨਾਂ ਦੀ ਸ਼ਮੂਲੀਅਤ ਨਿਕਲ ਰਹੀ ਆ ਖੈਰ ਇਹ ਵੱਖਰੀ ਗੱਲ ਆ ਕਿ ਈਡੀ ਇਹਨਾਂ ਦੀ ਕੋਈ ਮਨੀ ਲਾਂਡਰਿੰਗ ਕੀਤੀ ਆ ਇਹਨਾਂ ਨੇ ਜਾਂ ਕਾਲੇ ਨੂੰ ਸਫੇਦ ਕੀਤਾ ਉਸ ਦੀ ਟ੍ਰੇਲ ਤਾਂ ਉਹ ਲੰਬਣਗੇ ਲੱਭਣਗੇ ਵੈਸੇ ਹੁਣੇ-ਹੁਣੇ ਮਿਲੀ ਇੱਕ ਜਾਣਕਾਰੀ ਦੇ ਅਨੁਸਾਰ ਜਦੋਂ ਇਹ ਸੀ ਪ੍ਰੋਗਰਾਮ ਇਹ ਕਰ ਹੀ ਰਹੇ ਸੀ ਤੇ ਇਹ ਜਾਣਕਾਰੀ ਮਿਲਦੀ ਆ ਕੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ED ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ DC ਰਾਜੇਸ਼ ਧਮਾਨ ਨੂੰ ਗ੍ਰਿਫਤਾਰ ਕਰ ਲਿਆ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਕਿਉਂਕਿ ਅੱਜ ਤੱਕ ਕਦੇ ਵੀ ਸਰਵਿੰਗ ਨੂੰ ਜਾਂ ਸਿਟਿੰਗ ਡਿਪਟੀ ਕਮਿਸ਼ਨਰ ਨੂੰ ਕਦੇ ਕੋਈ ਆ ਕੇ ਬਾਹਰਲੀ ਏਜੰਸੀ ਜਾਂ ਕੇਂਦਰ ਦੀ ਏਜੰਸੀ ਨੇ ਉਸ ਵਕਤ ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹੋਣ ਕਦੇ ਗ੍ਰਿਫਤਾਰ ਨਹੀਂ ਕੀਤਾ ਇਸ ਤੋਂ ਪਤਾ ਲੱਗਦਾ ਕਿ ਮਾਮਲਾ ਇਹ ਕਿੰਨਾ ਸੰਜੀਦਾ ਕਿੰਨਾ ਸੀਰੀਅਸ ਮਾਮਲਾ ਔਰ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਇਹ ਗੱਲ ਸਾਨੂੰ ਪਤਾ ਲੱਗੀ ਵਰੁਨ ਅਰੂਜਮ ਦੇ ਘਰੇ ਹਜੇ ਵੀ ਜਦੋਂ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਜੇ ਵੀ ਉਸੇ ਤਰ੍ਹਾਂ ਈਡੀ ਬੈਠੀ ਹੋਈ ਆ ਉਹਨਾਂ ਤੋਂ ਪੁੱਛ ਕੇ ਚੱਲ ਰਹੀ ਆ ਔਰ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 15 ਹੋਰ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਆ ਅਮਰੂਦਾਂ ਦੇ ਨਕਲੀ ਅਮਰੂਦਾਂ ਦੇ ਬਾਗ ਦਿਖਾ ਕੇ ਮੁਆਵਜ਼ੇ ਲੈਣ ਵਾਲੇ ਮਾਮਲੇ ਦੇ ਨਾਲ ਉਹਨਾਂ ਦੇ ਘਰੇ ਵੀ ਰੇਡ ਚੱਲ ਰਹੀ ਹੈ ਤੇ ਉਹਨਾਂ ਚੋਂ ਵੀ ਕਈਆਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਬਕਰਪੁਰ ਦੇ ਵਿੱਚ ਇਹ ਸਾਰਾ ਕੁਝ ਹੋਇਆ ਤੇ ਮੈਂ ਹੁਣ ਤੁਹਾਨੂੰ ਦੱਸੂਗਾ ਕਿ ਇਹਨਾਂ ਸਾਰਿਆਂ ਨੇ ਪੈਸੇ ਕਿੰਨੇ-ਕਿੰਨੇ ਲਏ ਤੁਹਾਡਾ ਇੰਟਰਸਟ ਇਹਦੇ ਵਿੱਚ ਜ਼ਰੂਰ ਹੋਊਗਾ ਕਟੋ-ਕਟ ਸਾਨੂੰ ਇਹਨਾਂ ਸਾਰੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਕਰਮਚਾਰੀਏ ਨੂੰ ਚਾਹੇ ਉਹ ਛੋਟੇ ਤੋਂ ਛੋਟਾ ਹੋਵੇ ਤੇ ਚਾਹੇ ਉਹ ਸੀਨੀਅਰ ਅਫਸਰ ਕਿਉਂ ਨਾ ਹੋਵੇ ਜ਼ਿਲ੍ਹਾ ਲੋਕਾਂ ਦੀ ਵੀ ਸ਼ਮੂਲੀਅਤ ਅੱਜ ਤੱਕ ਹਜੇ ਤਾਂ ਇਹ ਕੇਸ ਚੱਲ ਰਿਹਾ ਹਜੇ ਕਿਸੇ ਤੇ ਦੋਸ਼ ਪ੍ਰੂਵ ਨਹੀਂ ਹੋਇਆ ਕੱਲ ਨੂੰ ਜੇ ਕਿਸੇ ਦੀ ਕਨਵਿਕਸ਼ਨ ਹੁੰਦੀ ਹੈ ਤਾਂ ਚੰਗੀ ਗੱਲ ਆ ਕਿ ਇਹਨਾਂ ਤੇ ਕੇਸ ਫਿਰ ਚੱਲਣਾ ਚਾਹੀਦਾ ਹੁਣ ਤੁਸੀਂ ਦੇਖੋ ਭੁਪਿੰਦਰ ਸਿੰਘ ਕੁਲਵਿੰਦਰ ਕੌਰ ਤੇ ਇਹਦੀ ਕੁੜੀ ਆ ਮਨਪ੍ਰੀਤ ਕੌਰ ਅੱਗੇ ਆ ਇਹਨਾਂ ਦਾ ਭਤੀਜਾ ਦਵਿੰਦਰ ਤੇ ਇਸੇ ਤਰ੍ਹਾਂ ਇੱਕ ਸੁਖਵਿੰਦਰ ਆ ਇਹਨਾਂ ਸਾਰਿਆਂ ਨੇ ਰਲ ਕੇ 23 ਕਰੋੜ 79 ਲੱਖ 12 ਹਜ਼ਾਰ ਤੇ 397 ਰੁਪਏ ਲੈ ਸਰਕਾਰੀ ਖਜ਼ਾਨੇ ਤੋਂ ਜੈਸਮਿਨ ਕੌਰ ਜੈਸਮਿਨ ਕੌਰ ਕੌਣ ਹੈ ਇਹ ਰਜੇਸ਼ ਠੀਮਾਂਦੀ ਜਿਹਨੂੰ ਆਪਾਂ ਡੈਪਟੀ ਕਮਿਸ਼ਨਰ ਜੋ ਅੱਜਕੱਲ ਫਿਰੋਜ਼ਪੁਰ ਦੇ ਵਿੱਚ ਡੈਪਟੀ ਕਮਿਸ਼ਨਰ ਨੇ ਜਿਨ੍ਹਾਂ ਦੇ ਘਰੇ ਸਵੇਰ ਤੋਂ ਇਹ ਸਾਰਾ ਕੁਝ ਸਰਚ ਆਪਰੇਸ਼ਨ ਚੱਲ ਰਹੇ ਨੇ ਰੇਡਸ ਚੱਲ ਰਹੀਆਂ ਨੇ ਇਸ ਨੇ ਜੈਸਮੀਨ ਕੌਰ ਨੇ 1 ਕਰੋੜ 17 ਲੱਖ 56 ਹਜ਼ਾਰ ਤੇ 4 ਰੁਪਏ ਲਏ ਇਹ ਸਾਰਾ ਕੁਝ ਐਫ ਆਈ ਆਰ ਤੇ ਮੁੱਢਲੀ ਤਫਤੀਸ਼ ਦਾ ਹਿੱਸਾ ਤੇ ਤੁਸੀਂ ਆਪਣੀ ਸਕਰੀਨ ਤੇ ਦੇਖ ਵੀ ਸਕਦੇ ਹੋ ਤੇ ਸਾਡੇ ਕੋਲ ਇਹ ਸਾਰੀਆਂ ਕਾਪੀਆਂ ਵੀ ਆ ਅੱਗੇ ਆ ਜੋ ਅਨਿਲ ਅਰੋੜਾ ਤੇ ਇਹਨਾਂ ਦੀ ਪਤਨੀ ਆ ਰਸ਼ਮੀ ਅਰੋੜਾ ਇਹਨਾਂ ਨੇ 1 ਕਰੋੜ 14 ਲੱਖ 39 ਹਜ਼ਾਰ ਤੇ 352 ਰੁਪਏ ਲਏ ਮੁਕੇਸ਼ ਚੰਦਲ ਮੁਕੇਸ਼ ਜਿੰਦਲ ਦੀ ਪਤਨੀ ਐ ਸ਼ਮਾ ਜਿੰਦਲ, ਪ੍ਰਵੀਨ, ਲਤਾ ਇਹਨਾਂ ਸਾਰਿਆਂ ਨੇ ਮਿਲ ਕੇ 13 ਕਰੋੜ 93 ਲੱਖ 52 ਹਜ਼ਾਰ ਤੇ 16 ਰੁਪਏ ਲਏ। ਵਿਕਾਸ ਭੰਡਾਰੀ, ਵਿਸ਼ਾਲ ਭੰਡਾਰੀ, ਸੁਖਦੇਵ ਸਿੰਘ, ਹਰਵਿੰਦਰ ਕੌਰ ਇਹਨਾਂ ਨੇ ਮਿਲ ਕੇ 11 ਕਰੋੜ 98 ਲੱਖ 83 ਹਜ਼ਾਰ ਤੇ 84 ਰੁਪਏ ਲਏ। ਇਸੇ ਤਰ੍ਹਾਂ ਗੁਰਮਿੰਦਰ ਸਿੰਘ, ਹਰਮਿੰਦਰ ਸਿੰਘ, ਸੁਖਰਾਜ ਕੌਰ ਨੇ 4 ਕਰੋੜ 91 ਲੱਖ 69 ਹਜ਼ਾਰ ਤੇ 3 ਰੁਪਏ ਲਏ ਨਛੱਤਰ ਸਿੰਘ ਲਖਮੀਰ ਸਿੰਘ स्वर्णਜੀਤ ਕੌਰ ਇਹਨਾਂ ਨੇ 3 ਕਰੋੜ 29 ਲੱਖ 27 ਹਜ਼ਾਰ ਤੇ 842 ਕਰੋੜ ਰੁਪਏ ਲਏ ਇਹਨਾਂ ਨੇ ਬਿੰਦਰ ਸਿੰਘ ਨੇ 32 ਲੱਖ 72 ਹਜ਼ਾਰ 525 ਰੁਪਏ ਲਏ ਤੇ ਇਸੇ ਤਰ੍ਹਾਂ ਜਤਿੰਦਰ ਸਿੰਘ ਨੇ 11 ਕਰੋੜ 19 ਲੱਖ 35 ਹਜ਼ਾਰ ਤੇ 325 ਰੁਪਏ ਲਏ ਅਵਤਾਰ ਸਿੰਘ ਜਗਤਾਰ ਸਿੰਘ ਹਰਸ਼ਬੀਰ ਸਿੰਘ ਸਿੱਧਕ ਵੀਰ ਸਿੰਘ ਨੇ 10 ਕਰੋੜ 22 ਲੱਖ 74000 ਤੇ 323 ਰੁਪਏ ਲਏ ਗੁਰਜੀਤ ਕੌਰ ਰਵਿੰਦਰਪਾਲ ਸਿੰਘ ਨੇ 7 ਕਰੋੜ 69 ਲੱਖ 45000 ਤੇ 656 ਰੁਪਏ ਲਏ ਗੁਰਪ੍ਰੀਤ ਕੌਰ ਨੇ 2 ਕਰੋੜ 99 ਲੱਖ 99000 ਤੇ 462 ਰੁਪਏ ਲਏ ਤੇ ਮਹਿੰਦਰ ਸਿੰਘ ਨੇ 1 ਕਰੋੜ 1 ਲੱਖ 43000 ਤੇ 6 ਰੁਪਏ ਲੈ ਤੇ ਸੁਮਨ ਪ੍ਰੀਤ ਕੌਰ ਨੇ 1 ਕਰੋੜ 31 ਲੱਖ 63 ਹਜ਼ਾਰ ਤੇ 12 ਰੁਪਏ ਲੈ। ਵੈਸੇ ਬੜੀ ਹੈਰਾਨੀ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਵਿੱਚ ਇਹ ਸਾਰੀ ਐਫ ਆਈ ਆਰ ਦੇ ਵਿੱਚ ਜਿਹੜੇ 18 ਨਾਮ ਆ ਇਹਨਾਂ ਦੇ ਵਿੱਚ ਔਰ ਜਿਹੜੇ ਮੈਂ ਨਾਮ ਪੜ੍ਹੇ ਆ ਜਿਨ੍ਹਾਂ ਨੇ ਕੰਪਨਸੇਸ਼ਨ ਲਈ ਆ ਜੇ ਤੁਸੀਂ ਦੇਖੋ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਇਹਨਾਂ ਬੰਦਿਆਂ ਨੇ ਆਪਣੀਆਂ ਪਤਨੀਆਂ ਨੂੰ ਸ਼ਾਮਿਲ ਕਰ ਲਿਆ ਆਪਣੇ ਪਰਿਵਾਰ ਨੂੰ ਸ਼ਾਮਿਲ ਕਰ ਲਿਆ ਆਪਣੀਆਂ ਕੁੜੀਆਂ ਨੂੰ ਸ਼ਾਮਿਲ ਕਰ ਲਿਆ ਇਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਲੱਗੇ ਆਪਾਂ ਕੰਪਨਸੇਸ਼ਨ ਲੈ ਲੈਨੇ ਆ ਇਹ ਤਾਂ ਬਾਅਦ ਦੇ ਵਿੱਚ ਜਦੋਂ ਤਫ਼ਤੀਸ਼ ਹੋਈ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਅਮਰੂਦਾਂ ਦੇ ਬਾਗ ਆ ਬਾਗ ਤਾਂ ਹੈ ਹੀ ਨਹੀਂ ਸੀ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਬੂਟੇ ਵੀ ਉੱਤਰ ਪ੍ਰਦੇਸ਼ ਦੇ ਵਿੱਚੋਂ ਲਿਆ ਕੇ ਲਿਆਏ ਸੀ ਰਾਤੋਂ ਰਾਤ ਬੂਟੇ ਲੈ ਕੇ ਆਂਦੇ ਬੂਟੇ ਉਸੇ ਤਰ੍ਹਾਂ ਲਾਤੇ ਤਾਂ ਕਿ ਜੇ ਕੱਲ ਨੂੰ ਕੋਈ ਮੁਆਇਨਾ ਕਰੇ ਤੇ ਉਹਨੂੰ ਪਤਾ ਤਾਂ ਲੱਗੇ ਕਿ ਇੱਥੇ ਬੂਟੇ ਲੱਗੇ ਆ ਇੱਥੋਂ ਤੱਕ ਇਹਨਾਂ ਨੇ ਮਿਲ ਕੇ ਇਹ ਵਿਉਂਤ ਬਣਾਈ ਵਿਉਂਤ ਹੀ ਇਹ ਸੀ ਕਿ ਇਸ ਤਰ੍ਹਾਂ ਕਰੋ ਜ਼ਮੀਨਾਂ ਦੇ ਵੀ ਮੁਆਵਜ਼ੇ ਲੈ ਲਓ ਜ਼ਮੀਨਾਂ ਦੇ ਮੁਆਵਜ਼ੇ ਤਾਂ ਜਿਹੜੇ ਉਸ ਜ਼ਮੀਨ ਦੇ ਮਾਲਕਾਂ ਉਹਨਾਂ ਨੂੰ ਮਿਲਨੇ ਸੀ ਤੇ ਅਮਰੋਦਾ ਦੇ ਮੁਆਵਜ਼ੇ ਇਹਨਾਂ ਨੂੰ ਮਿਲਨੇ ਸੀ ਇਹ ਸਾਰਾ ਕੁਝ ਜਦੋਂ ਘਟਾਲਾ ਕਪਲਾ ਬਾਹਰ ਆਇਆ ਤੇ ਫਿਰ ਵਿਜੀਲੈਂਸ ਬਿਊਰੋ ਨੇ ਇਹਦੀ ਇਨਕੁਆਇਰੀ ਕੀਤੀ ਵੈਸੇ ਚੰਗੀ ਗੱਲ ਆ ਕਿ ਇਸ ਕੇਸ ਨੂੰ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਣ ਹੋ ਸਕਦਾ ਜਿਹੜੇ ਐਫ ਆਈ ਆਰ ਦੇ ਵਿੱਚ ਨਾਮ ਆਏ ਨੇ ਕਿਸੇ ਦੇ ਘਰ ਦਾ ਨਾਮ ਆਇਆ ਜਾਂ ਕੋਈ ਇਹ ਕਹਿੰਦਾ ਹੋਵੇ ਕਿ ਅਸੀਂ ਇਨੋਸੈਂਟ ਆ ਜਾਂ ਸਾਡੇ ਤੇ ਇਹ ਸਾਰੇ ਇਲਜ਼ਾਮ ਝੂਠੇ ਨੇ ਜਾਂ ਸਾਬਤ ਨਹੀਂ ਹੁੰਦੇ ਹੋ ਸਕਦਾ ਇਹਨਾਂ ਚੋਂ ਕੁਝ ਵਿਅਕਤੀਆਂ ਨੂੰ ਅਦਾਲਤ ਬਰੀ ਕਰ ਦੇ ਪਰ ਹਜੇ ਤੱਕ ਇਹਨਾਂ ਤੇ ਇਹ ਕੇਸ ਚੱਲ ਵੀ ਰਿਹਾ ਵਿਜੀਲੈਂਸ ਬਿਊਰੋ ਦਾ ਵੀ ਤੇ ਇਸੇ ਤਰ੍ਹਾਂ ED ਦਾ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਵੀ ਤੇ ਅਸੀਂ ਚਾਹਾਂਗੇ ਕਿ ਇਹ ਦੋਨੇ ਏਜੰਸੀਆਂ ਘੱਟੋ-ਘੱਟ ਜੇ ਕੋਈ ਸਟੇਟ ਏਜੰਸੀ ਵੀ ਆ ਤੇ ਨਾਲ ਦੀ ਨਾਲ ਜੇ ਕੋਈ ਸੈਂਟਰ ਦੀ ਜਾਂ ਕੇਂਦਰ ਦੀ ਏਜੰਸੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਂ ਇਸ ਮਾਮਲੇ ਨੂੰ ਲੋਜੀਕਲ ਐਂਡ ਤੇ ਜਾਂ ਕਿਸੇ ਇੱਕ ਨਤੀਜੇ ਤੇ ਜ਼ਰੂਰ ਲੈ ਕੇ ਜਾਵੇ ਰਵਨੀਤ ਸਿੰਘ ਬਿੱਟੂ 48 ਸਾਲਾਂ ਦੇ ਨੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਵਾਰੀ ਇਹਨਾਂ ਨੂੰ ਲੁਧਿਆਣੇ ਦੇ ਲੋਕਾਂ ਨੇ ਵੋਟਾਂ ਪਾ ਕੇ ਐਮਪੀ ਬਣਾਇਆ ਇਸੇ ਤਰ੍ਹਾਂ ਇੱਕ ਵਾਰੀ ਇਹ ਅਨੰਦਪੁਰ ਸਾਹਿਬ ਤੋਂ ਵੀ ਜਿੱਤੇ ਨੇ ਬਤੌਰ ਐਮਪੀ ਔਰ ਲੋਕ ਸਭਾ ਦੇ ਵਿੱਚ ਕਾਂਗਰਸ ਨੇ ਇਹਨਾਂ ਤੇ ਬਹੁਤ ਯਕੀਨ ਕੀਤਾ ਬਲਕਿ ਜਦੋਂ ਅਦੀਰ ਰੰਜਨ ਚੌਧਰੀ ਵੈਸਟ ਬੰਗਾਲ ਦੀਆਂ ਚੋਣਾਂ ਦੇ ਵਿੱਚ ਵਿਅਸੇ ਉਦੋਂ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦਾ ਪਹਿਲਾ ਡੈਪਟੀ ਲੀਡਰ ਬਣਾਇਆ ਫਿਰ ਲੀਡਰ ਤੱਕ ਵੀ ਬਣਾਇਆ ਔਰ ਇਹ ਚੀਫ ਵਿੱਪ ਵੀ ਰਹੇ ਆ ਕਹਿਣ ਦਾ ਭਾਵ ਆ ਕਿ ਕਾਂਗਰਸ ਨੇ ਇਹਨਾਂ ਨੂੰ ਹਰ ਉਹ ਜ਼ਿੰਮੇਵਾਰੀ ਦੇਣੀ ਮੁਨਾਸਿਬ ਸਮਝੀ ਆ ਜੋ ਉਹ ਕਿਸੇ ਵੀ ਲੀਡਰ ਨੂੰ ਦੇਣਾ ਚਾਹੁੰਦੇ ਹੁਣ ਖਾਸ ਤੌਰ ਤੇ ਉਸ ਲੀਡਰ ਨੂੰ ਜਿਸ ਤੇ ਉਹ ਵਿਸ਼ਵਾਸ ਕਰਦੇ ਹੁਣ ਪਰ ਮੈਨੂੰ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਆਪਣੀ ਰਾਹੁਲ ਗਾਂਧੀ ਦੀ ਨੇੜਤਾ ਰਵਨੀਤ ਸਿੰਘ ਬਿੱਟੂ ਨੂੰ ਬਹੁਤ ਜ਼ਿਆਦਾ ਕੋਈ ਪਸੰਦ ਨਹੀਂ ਆਈ ਔਰ ਵੈਸੇ ਵੀ ਮੈਂ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਕਿ ਸਾਡੀ ਕੀ ਆਈਡੀਓਲੋਜੀ ਆ ਕੀ ਵਿਚਾਰਧਾਰਾ ਇਹ ਸਾਰੀਆਂ ਗੱਲਾਂ ਪਿੱਛੇ ਰਹਿ ਗਈਆਂ ਕੇਵਲ ਤੇ ਕੇਵਲ ਮੌਕਾ ਪ੍ਰਸਤੀ ਕੀ ਆ ਸਾਨੂੰ ਕਿੱਥੇ ਜਾ ਕੇ ਸੱਤਾਧਾਰੀ ਪਾਰਟੀ ਦੇ ਨਾਲ ਜੁੜ ਕੇ ਅਸੀਂ ਆਪਣੇ ਆਪ ਨੂੰ ਸੱਤਾ ਦੇ ਵਿੱਚ ਕਿਸ ਤਰ੍ਹਾਂ ਰੱਖਣਾ ਜਾਂ ਉਸ ਨਾਲ ਜੋੜ ਕੇ ਕਿਸ ਤਰ੍ਹਾਂ ਰੱਖਣਾ ਵੈਸੇ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਤਾਂ ਜਿੰਨੇ ਪੋਲੀਟੀਸ਼ੀਅਨਸ ਨੇ ਜਾਂ ਜਿਹੜੇ ਐਮਪੀ ਨੇ ਕੋਈ ਮਨਿਸਟਰ ਨੇ ਜਾਂ ਕੋਈ ਵੀ ਨੇਤਾ ਨੇ ਉਹ ਤਾਂ ਸੱਤਾਧਾਰੀ ਪਾਰਟੀ ਨਾਲ ਕੇਵਲ ਇਸ ਕਰਕੇ ਜੁੜਦਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਈਡੀ ਆਈਟੀ ਜਾਂ ਸੀਬੀਆਈ ਰੇਡ ਤੋਂ ਦੂਰ ਰਹੇ ਜੇ ਉਹਨੇ ਕਿਸੇ ਤਰ੍ਹਾਂ ਦਾ ਕੋਈ ਧਨ ਕਮਾਇਆ ਜਾਂ ਪੈਸਾ ਕਮਾਇਆ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹੇ ਖੈਰ ਇਹ ਗੱਲ ਆਪਾਂ ਰਵਨੀਤ ਸਿੰਘ ਬਿੱਟੂ ਬਾਰੇ ਤਾਂ ਕਹਿ ਨਹੀਂ ਸਕਦੇ ਪਰ ਇੱਕ ਗੱਲ ਜ਼ਰੂਰ ਆ ਕਿ ਮੌਕਾ ਪ੍ਰਸਤੀ ਦੀ ਇੱਕ ਹੋਰ ਉਦਾਹਰਨ ਸਾਡੇ ਸਾਹਮਣੇ ਆਈ ਹੈ ਜਦੋਂ ਕੋਈ ਵਿਅਕਤੀ ਲਗਾਤਾਰ ਜੁੜਿਆ ਹੋਵੇ ਕਿਸੇ ਪਾਰਟੀ ਦੇ ਨਾਲ ਤੇ ਅਚਾਨਕ ਪਾਲਾ ਬਦਲੇ ਔਰ ਤੁਸੀਂ ਦੇਖੋ ਇਹਨਾਂ ਨੇ ਕਿਹਾ ਕੀ ਆ ਕਹਿੰਦੇ ਜੀ ਮੈਨੂੰ ਲੱਗਦਾ ਇਹ ਰਵਨੀਤ ਸਿੰਘ ਬਿੱਟੂ ਕਹਿ ਰਿਹਾ ਕਹਿੰਦੇ ਮੈਨੂੰ ਲੱਗਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਬਹੁਤ ਉન્નਤੀ ਕਰਨਾ ਚਾਹੁੰਦੇ ਆ ਬਹੁਤ ਤਰੱਕੀ ਕਰਨਾ ਚਾਹੁੰਦੇ ਆ ਬਹੁਤ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਇਸ ਕਰਕੇ ਕਹਿੰਦੇ ਮੈਂ ਉਹਨਾਂ ਨਾਲ ਜੁੜਿਆ ਵੈਸੇ ਇਹਨਾਂ ਨੂੰ ਬਿੱਟੂ ਨੂੰ ਯਾਰ ਰਵਨੀਤ ਸਿੰਘ ਬਿੱਟੂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਦੀ ਤਰੱਕੀ ਕਿਉਂ ਨਹੀਂ ਕੀਤੀ ਕਿੰਨੀ ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਇੱਥੇ ਆਏ ਨੇ ਤੇ ਕੀ ਇਹ ਪੰਜਾਬ ਨੂੰ ਕੋਈ ਵੱਡਾ ਪੈਕੇਜ ਨਹੀਂ ਦੇ ਸਕਦੇ ਚਲੋ ਪੰਜਾਬ ਨੂੰ ਛੱਡੋ ਕਿਸਾਨਾਂ ਦਾ ਹੀ ਕੁਝ ਕਰ ਦਿੰਦੇ ਕੁਝ ਵਪਾਰੀਆਂ ਦਾ ਕਰ ਦਿੰਦੇ ਕਿਸੇ ਦਾ ਤਾਂ ਕੁਝ ਕਰਦੇ ਮੈਨੂੰ ਯਾਦ ਆ ਜਦੋਂ 5 ਜਨਵਰੀ ਸਨ 2022 ਨੂੰ ਹੁਸੈਨੀਵਾਲਾ ਆਇਆ ਤੇ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਇਹ ਆਈ ਨੇ ਚੋਣਾ ਹੋਣ ਜਾ ਰਹੀਆਂ ਨੇ ਤੇ ਸ਼ਾਇਦ ਪੰਜਾਬ ਨੂੰ ਕੋਈ ਵੱਡਾ ਪੈਕੇਜ ਦੇਣਗੇ ਕੋਈ ਪੈਕੇਜ ਨਹੀਂ ਦਿੱਤਾ ਬਲਕਿ ਹੀ ਇਹੀ ਜਾਂਦੇ ਹੋਏ ਕਹਿ ਗਏ ਕਿ ਤੁਹਾਡੀ ਸਿਕਿਉਰਿਟੀ ਦੇ ਵਿੱਚ ਕੋਤਾਈ ਹੋ ਗਈ ਹੈ ਮੈਂ ਤਾਂ ਇੱਥੋਂ ਆਪਣੀ ਜਾਨ ਬਚਾ ਕੇ ਚਲਾ ਗਿਆ ਐਨੇ ਹੀ ਸ਼ੁਕਰ ਆ ਇਹੋ ਜੀਆਂ ਗੱਲਾਂ ਕਰਕੇ ਗਏ ਤੇ ਰਵਨੀਤ ਸਿੰਘ ਬਿੱਟੂ ਉੱਥੇ ਜਾ ਕੇ ਜੁੜ ਗਿਆ ਵੈਸੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਜੇ ਇਹ ਕਾਂਗਰਸ ਦੇ ਵਿੱਚ ਵੀ ਰਹਿੰਦੇ ਤੇ ਦੁਬਾਰਾ ਇਹ ਆਪਣੀ ਸੀਟ ਲੜਦੇ ਤੇ ਇਹਨਾਂ ਨੇ ਆਪਣੀ ਸੀਟ ਹਾਰਨੀ ਸੀ ਜੋ ਮੁੱਢਲੀਆਂ ਖਬਰਾਂ ਆ ਰਹੀਆਂ ਨੇ ਪਰ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ ਇਹ ਸਿਕਿਉਰ ਹੋ ਜਾਣਗੇ ਕਿ ਉੱਥੇ ਜਾ ਕੇ ਇਹ ਸੀਟ ਆਪਣੀ ਬਚਾ ਲੈਣਗੇ ਚਾਹੇ ਲੁਧਿਆਣੇ ਤੋਂ ਲੜਨ ਜਾਂ ਕਿਸੇ ਹੋਰ ਤੋਂ ਇੱਕ ਗੱਲ ਸਾਨੂੰ ਹੋਰ ਵੀ ਸਮਝ ਆ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਜਿੰਨਾ ਮਰਜ਼ੀ ਕਹਿ ਦੇ ਸੁਨੀਲ ਜਾਖੜ ਕਹਿ ਦੇਣ ਕਿ ਅਸੀਂ 13 ਦੀਆਂ 13 ਸੀਟਾਂ ਲੜਾਂਗੇ ਪਰ ਇਹਨਾਂ ਦੀ ਕੋਈ ਤਿਆਰੀ ਨਹੀਂ ਹੈ ਕੈਂਡੀਡੇਟ ਹੀ ਹੈ ਨਹੀਂ ਉਮੀਦਵਾਰ ਹੀ ਹੈ ਨਹੀਂ ਤੇ ਡੋਰੇ ਪਾਏ ਹੋਏ ਆ ਇਹਨਾਂ ਨੇ ਕਾਂਗਰਸ ਦੇ ਕੈਂਡੀਡੇਟ ਨੇ ਜਿਸ ਪਾਰਟੀ ਜਿਸ ਭਗਵਾ ਪਾਰਟੀ ਦਾ ਪ੍ਰਧਾਨ ਹੀ ਕਾਂਗਰਸ ਦਾ ਹੋਵੇ ਜਿਨੇ ਸਾਰੀ ਉਮਰ ਆਪਣੀ ਰਾਜਨੀਤੀ ਕਾਂਗਰਸ ਦੇ ਵਿੱਚ ਰਹਿ ਕੇ ਕੀਤੀ ਹੋਵੇ ਮੈਂ ਸੁਨੀਲ ਜਾਖੜ ਦੀ ਗੱਲ ਕਰ ਰਿਹਾ ਉਸ ਪਾਰਟੀ ਤੋਂ ਅਸੀਂ ਉਮੀਦ ਕੀ ਕਰੀਏ ਹੁਣ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਲੱਗੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪ੍ਰਨੀਤ ਕੌਰ ਪਟਿਆਲੇ ਤੋਂ ਐਮਪੀਸੀ ਕਾਂਗਰਸ ਨੇ ਉਹਨੂੰ ਵੀ ਲੈ ਗੇ ਹੋ ਸਕਦਾ ਕਿ ਉਹਨਾਂ ਨੂੰ ਪਟਿਆਲੇ ਤੋਂ ਲੜਾਉਣ ਇਸੇ ਤਰ੍ਹਾਂ ਤੁਸੀਂ ਅੱਗੇ ਦੇਖ ਲਓ ਰਵਨੀਤ ਸਿੰਘ ਬਿੱਟੂ ਨੂੰ ਵੀ ਲੈ ਗਏ ਹੋ ਸਕਦਾ ਉਹਨਾਂ ਨੂੰ ਵੀ ਲੁਧਿਆਣੇ ਤੋਂ ਲਾਉਣਾ ਸਾਰੇ ਦੇ ਸਾਰੇ ਤਾਂ ਇਹ ਕਾਂਗਰਸੀ ਇਕੱਠੇ ਹੋ ਗਿਆ ਬਲਕਿ ਪੰਜਾਬ ਦੀ ਭਾਜਪਾ ਦਾ ਵੀ ਪੂਰੇ ਦਾ ਪੂਰਾ ਕਾਂਗਰਸੀ ਕਰਨ ਹੋ ਗਿਆ ਤੇ ਅਸੀਂ ਸੋਚਦੇ ਹਾਂ ਕਿ ਇਹ ਪਾਰਟੀ ਵਿਦ ਦਾ ਡਿਫਰੈਂਸ ਆ ਮੈਨੂੰ ਲੱਗਦਾ ਭਾਜਪਾ ਦਾ ਜਿਹੜਾ ਰੂਪ ਹੈ ਇਸ ਵਕਤ ਦਾ ਇਹ ਬਿਲਕੁਲ ਜਿਹੜੀ ਪੁਰਾਣੀ ਭਾਜਪਾ ਹੁੰਦੀ ਸੀ ਉਸ ਤੋਂ ਵੱਖਰਾ ਹੋ ਚੁੱਕਾ ਬਲਕਿ ਇਹਨਾਂ ਦੇ ਆਪਣੇ ਟਕਸਾਲੀ ਲੀਡਰ ਘਰੇ ਬੈਠੇ ਹੋਏ ਨੇ ਰੁੱਸ ਗਏ ਨੇ ਉਹਨਾਂ ਨੇ ਕਹਿਤਾ ਕਹਿੰਦੇ ਅਸੀਂ ਤਾਂ ਕੰਮ ਹੀ ਨਹੀਂ ਕਰਨਾ ਜਦੋਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਜਦੋਂ ਤੁਸੀਂ ਕਾਂਗਰਸ ਦੇ ਵਿੱਚੋਂ ਬੰਦੇ ਲਿਆ ਕੇ ਜਿਸ ਕਾਂਗਰਸ ਦੇ ਨਾਲ ਸਾਡੀ ਹਮੇਸ਼ਾ ਤੋਂ ਲੜਾਈ ਰਹੀ ਆ ਉਸੇ ਕਾਂਗਰਸ ਚੋਂ ਤੁਸੀਂ ਬੰਦੇ ਲਿਆ ਕੇ ਸਾਡੀ ਪਾਰਟੀ ਦੇ ਵਿੱਚ ਆ ਕੇ ਉਹਨਾਂ ਨੂੰ ਟਿਕਟਾਂ ਦੇ ਨਾਲ ਨਿਵਾਜ਼ੀ ਜਾਂਦੇ ਹੋ ਤੇ ਫਿਰ ਅਸੀਂ ਪਾਰਟੀ ਦੇ ਵਿੱਚ ਕੰਮ ਕਿਤੇ ਲਈ ਕਰਨਾ ਇਹ ਬਹੁਤ ਵੱਡੀ ਇੱਕ ਤਰ੍ਹਾਂ ਦੀ ਡਿਸਇਨਟੈਂਟਮੈਂਟ ਆ ਬਹੁਤ ਵੱਡੀ ਡਿਸਐਪਾਇੰਟਮੈਂਟ ਆ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਜਿਨ੍ਹਾਂ ਨੇ ਪਾਰਟੀ ਦੇ ਲਈ ਔਖੇ ਸੋਕੇ ਵੇਲੇ ਹਰ ਵੇਲੇ ਕੰਮ ਕੀਤਾ ਵੈਸੇ ਬੜੀ ਹੈਰਾਨੀ ਹੁੰਦੀ ਹੈ ਕਿ ਇਸ ਪਾਰਟੀ ਦੇ ਵਿੱਚ ਜੇ ਕੁਝ ਆ ਜਾਏ ਤਾਂ ਉਸ ਤੇ ਈਡੀ ਜਾਂ ਸੀਬੀਆਈ ਜਾਂ ਇਵਨ ਕਿ ਇਨਕਮ ਟੈਕਸ ਖਤਮ ਹੋ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਮੁੰਡਾ ਰਣਿੰਦਰ ਸਿੰਘ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਈਡੀ ਨੇ ਕਈ ਵਾਰੀ ਉਹਨੂੰ ਬੁਲਾਇਆ ਵੀ ਸੀ ਕਿ ਆਕੇ ਸਾਡੇ ਸਵਾਲਾਂ ਦਾ ਜਵਾਬ ਦੇ ਜਿੱਦਣ ਤੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਗਏ ਆ ਕਦੇ ਤੁਸੀਂ ਸੁਣਿਆ ਕਿ ED ਨੇ ਰਣਿੰਦਰ ਸਿੰਘ ਵੱਲ ਮੂਵ ਵੀ ਕੀਤਾ ਹੋਵੇ ਬਿਲਕੁਲ ਇਸ ਕੇਸ ਨੂੰ ਭੁੱਲ ਹੀ ਗਏ ਵੈਸੇ ਮੈਨੂੰ ਇਹ ਵੀ ਯਾਦ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਸੀ ਅਰੂਸਾ ਆਲਮ ਨਾਲ ਤੇ ਜਿਹੜੀ ਭਾਜਪਾ ਹਰ ਇੱਕ ਵਿਅਕਤੀ ਨੂੰ ਪਾਕਿਸਤਾਨ ਭੇਜ ਦਿੰਦੀ ਸੀ ਕਿ ਜਾਓ ਜਾ ਕੇ ਪਾਕਿਸਤਾਨ ਚਲੇ ਜਾਓ ਤੁਸੀਂ ਤਾਂ ਐਂਟੀ ਨੈਸ਼ਨਲ ਆ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਦੇ ਬਾਵਜੂਦ ਕਦੇ ਇਹ ਗੱਲ ਨਹੀਂ ਸੀ ਕਹੀ ਕਿ ਅਰੂਸਾ ਆਲਮ ਦੇ ਨਾਲ ਤੁਸੀਂ ਵੀ ਪਾਕਿਸਤਾਨ ਚਲੇ ਜਾਓ ਇਹ ਆਪਸ ਦੇ ਵਿੱਚ ਅੰਡਰਸਟੈਂਡਿੰਗ ਸੀ ਇਹ ਕੋਈ ਇੱਕ ਦਿਨ ਦੀ ਅੰਡਰਸਟੈਂਡਿੰਗ ਨਹੀਂ ਹੈ ਪੁਰਾਣੀ ਅੰਡਰਸਟੈਂਡਿੰਗ ਆ ਇਸੇ ਕਰਕੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠਾ ਤੇ ਹੁਣ ਇਹਨਾਂ ਦੀਆਂ ਸਵਾਵਾਂ ਲਈਆਂ ਜਾ ਰਹੀਆਂ ਨੇ ਕਿ ਹੋਰ ਤੁਸੀਂ ਕਿੰਨੇ ਕੁ ਲੀਡਰ ਸਾਡੀ ਪਾਰਟੀ ਦੇ ਵਿੱਚ ਲਿਆ ਸਕਦੇ ਹੋ ਕਿਉਂਕਿ ਸਾਡੇ ਤੋਂ ਤਾਂ ਲੀਡਰ ਡਿਵੈਲਪ ਨਹੀਂ ਹੋਏ ਤੇ ਸਾਡੇ ਕੋਲ ਨਾ ਤਾਂ ਉਮੀਦਵਾਰ ਆ ਵੈਸੇ ਇਕੱਲੇ ਇਹਨਾਂ ਦੀ ਗੱਲ ਨਹੀਂ ਆ ਆਮ ਆਦਮੀ ਪਾਰਟੀ ਦੀ ਵੀ ਇਹੀ ਗੱਲ ਆ ਤੁਸੀਂ ਦੇਖ ਲਓ ਸੁਸ਼ੀਲ ਰਿੰਕੂ ਤੋਂ ਲੈ ਕੇ ਗੁਰਪ੍ਰੀਤ ਸਿੰਘ ਜੀਪੀ ਤੋਂ ਲੈ ਕੇ ਤੇ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਲੈ ਕੇ ਸਾਰੇ ਦੇ ਸਾਰੇ ਤਾਂ ਕਾਂਗਰਸੀ ਆ ਮੈਨੂੰ ਇਹ ਲੱਗਦਾ ਕਿ ਕਾਂਗਰਸ ਨੇ ਕਈ ਸਾਲਾਂ ਤੋਂ ਆਪਣੇ ਅੰਦਰ ਲੀਡਰ ਬਹੁਤ ਬਣਾਏ ਨੇ ਪਰ ਇਹ ਪਾਰਟੀਆਂ ਕੋਲ ਆਪਣੇ ਲੀਡਰ ਡਿਵੈਲਪ ਨਹੀਂ ਹੋਏ ਨਾ ਹੀ ਇਹ ਉਹਨਾਂ ਨੂੰ ਉਭਾਰ ਪਾਏ ਐ ਇਸੇ ਕਰਕੇ ਦੂਸਰੀਆਂ ਪਾਰਟੀਆਂ ਤੇ ਡਾਕੇ ਮਾਰ ਕੇ ਉਹਨਾਂ ਨੂੰ ਡਰਾ ਕੇ ਲਾਲਚ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹ ਆਪਣੇ ਆਪ ਨੂੰ ਲੈ ਕੇ ਆ ਰਹੇ ਨੇ ਪਰ ਅਸੀਂ ਲੋਕ ਇੱਕ ਹੀ ਕੰਮ ਕਰ ਸਕਦੇ ਆ ਜੇ ਅਸੀਂ ਇਹਨਾਂ ਲੋਕਾਂ ਨੂੰ ਹਰਾਉਂਦੇ ਨਹੀਂ ਜਾਂ ਉਹ ਵਿਅਕਤੀ ਜਿਹੜਾ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਰਾਤੋਂ ਰਾਤ ਪਾਲੇ ਬਦਲ ਲੈਂਦਾ ਸਾਨੂੰ ਹਰ ਤਰ੍ਹਾਂ ਦੇ ਤਰਕ ਦਿੰਦਾ ਤੇ ਮੈਨੂੰ ਲੱਗਦਾ ਉਸ ਨੂੰ ਫਿਰ ਵੋਟਾਂ ਦੇ ਵਿੱਚ ਹਰਾਉਣਾ ਵੀ ਜ਼ਰੂਰੀ ਆ ਤਾਂ ਕਿ ਕਿਸੇ ਤਰ੍ਹਾਂ ਕਦਰਾਂ ਕੀਮਤਾਂ ਨੂੰ ਦੁਬਾਰਾ ਸਥਾਪਿਤ ਕੀਤਾ ਦਾ ਸਕੇ ਤੇ ਹੁਣ ਸਮਾਂ ਹੋ ਗਿਆ ਉਹਨਾਂ ਕੁਝ ਕਮੈਂਟਸ ਨੂੰ ਲੈਣ ਦਾ ਜਿਹੜੇ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਲਈ ਸਾਨੂੰ ਭੇਜੇ ਨੇ ਸ਼ਿਵਦੇਵ ਸਿੰਘ 4287 ਇਹਨਾਂ ਦਾ ਅਕਾਊਂਟ ਆ ਇਹ ਲਿਖਦੇ ਆ ਹੋਰ ਤਾਂ ਕੋਈ ਵੋਟ ਪਾਵੇ ਨਾ ਪਾਵੇ ਜਾਖੜ ਸਾਹਿਬ ਜੀ ਪਰ ਪੰਜਾਬ ਦੇ ਕਿਸਾਨ ਤੁਹਾਨੂੰ ਜ਼ਰੂਰ ਵੋਟ ਪਾਉਣਗੇ ਕਿਉਂਕਿ ਤੁਸੀਂ ਕਿਸਾਨਾਂ ਨੂੰ ਬਿਨਾਂ ਕੁੱਟੇ ਮੰਗਾ ਜੋ ਮੰਨ ਲਈਆਂ ਕੁਝ ਸ਼ਰਮ ਆਉਣੀ ਚਾਹੀਦੀ ਆ ਤੁਹਾਡੀ ਭਾਜਪਾ ਪਾਰਟੀ ਨੂੰ ਬਹੁਤ ਵਿਆੰਗ ਲਿਖਿਆ ਇਹਨਾਂ ਨੇ ਇਹਨਾਂ ਦੇ ਵਿੱਚ ਬੜਾ ਤੰਗ ਆ ਇਹਨਾਂ ਦੇ ਕਮੈਂਟ ਦੇ ਵਿੱਚ ਔਰ ਵਾਕਿਆ ਭਾਰਤੀ ਜਨਤਾ ਪਾਰਟੀ ਜਿਹੜੇ ਕਿਸਾਨਾਂ ਦੀ ਬੜੀ ਆਪਣੇ ਆਪ ਨੂੰ ਹਮੈਤੀ ਦੱਸਦੀ ਆ ਉਹਨਾਂ ਦੀ ਹਮਦਰਦ ਦੱਸਦੀ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਕੁੱਟਿਆ ਬੁਲੇਟਸ ਚਲਾਈਆਂ ਉਹਨਾਂ ਤੇ ਬੁਛਾਰਾ ਕੀਤੀਆਂ ਔਰ ਉਹਨਾਂ ਦੇ ਵਿੱਚੋਂ ਕਿਸਾਨਾਂ ਦੀ ਮੌਤ ਵੀ ਹੋਈ ਆ ਉਹਨਾਂ ਨੂੰ ਇਹ ਸ਼ਰਮਸਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗੁਰਤੇਜ ਢਿੱਲੋਂ ਨੇ 3671 ਇਹਨਾਂ ਦਾ ਅਕਾਊਂਟ ਆ ਇਹਨਾਂ ਨੇ ਲਿਖਿਆ ਮੈਂ ਵੀ ਤੁਹਾਡੀ ਸੋਚ ਨਾਲ ਲਗਭਗ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਤੁਹਾਡੀ ਭਵਿੱਖਬਾਣੀ ਸਦਾ ਸੱਚ ਹੁੰਦੀ ਆ ਖੈਰ ਭਵਿੱਖਬਾਣੀ ਤਾਂ ਅਸੀਂ ਨਹੀਂ ਕਰਦੇ ਲੇਕਿਨ ਹਾਂ ਕੋਸ਼ਿਸ਼ ਕਿਆਸ ਰਾਈਆਂ ਜ਼ਰੂਰ ਲਾਉਨੇ ਆ ਕੁਝ ਫੈਕਟਸ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਉਸ ਦੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਕੁਝ ਇਸ ਤਰ੍ਹਾਂ ਦੇ ਸਾਨੂੰ ਸੰਕੇਤ ਮਿਲਦੇ ਆ ਤੇ ਫੇਰ ਹੀ ਅਸੀਂ ਉਹ ਗੱਲ ਕਰਦੇ ਆ ਕਈ ਵਾਰੀ ਉਹ ਗੱਲਾਂ ਸਾਡੀਆਂ ਠੀਕ ਹੋ ਜਾਂਦੀਆਂ ਨੇ ਤੇ ਕਈ ਵਾਰੀ ਨਹੀਂ ਵੀ ਹੁੰਦੀਆਂ ਅਗਲਾ ਕਮੈਂਟ ਆ ਤਰਸੀਮ ਲਾਲ ਦਾ 7035 ਇਹਨਾਂ ਨੇ ਮੈਨੂੰ ਸੰਬੋਧਨ ਕੀਤਾ ਕਹਿੰਦੇ ਅੰਗਰੇਜ਼ੀ ਦੇ ਵਿੱਚ ਲਿਖਿਆ ਕਹਿੰਦੇ ਆਲਥੋ ਆਮ ਅ ਫੈਨ ਆਫ ਯੋਰਸ ਬਟ ਆਈ ਡੋ ਨੋਟ ਅਗਰੀ ਵਿਦ ਯੂ ਓਨ ਦਾ ਇੰਟਰਪ੍ਰੀਟੇਸ਼ਨ ਆਫ ਦਾ ਸਪੀਚ ਆਫ ਕੇਜਰੀਵਾਲ ਰੈਡ ਬਾਈ ਹਿਸ ਵਾਈਫ ਟਾਈਮ ਵਿਲ ਟੈਲ ਅ ਟ्रू ਪਿਕਚਰ ਮੈਂ ਤੁਹਾਡੇ ਨਾਲ 100% ਦੀ ਸਹਿਮਤੀ ਆ ਕਿ ਬਿਲਕੁਲ ਸਮਾਂ ਹੀ ਸਹੀ ਪਿਕਚਰ ਦੇਊਗਾ ਅਸੀਂ ਕੇਵਲ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਜੋ ਸਾਨੂੰ ਸੰਕੇਤ ਮਿਲ ਰਹੇ ਸੀ ਸਾਡੀ ਇੱਕ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਸੀ ਆਪਣੀ ਵਿਆਖਿਆ ਸੀ ਜਾਂ ਆਪਣਾ ਵਿਸ਼ਲੇਸ਼ਣ ਸੀ ਔਰ ਤੁਹਾਨੂੰ ਯਾਦ ਹੋਣਾ ਮੈਂ ਕਿਹਾ ਵੀ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਜੋ ਅਸੀਂ ਕਹਿ ਰਹੇ ਆ ਇਹ ਸੱਚ ਹੋਵੇ ਪਰ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਗੱਲ ਠੀਕ ਹੈ ਜਾਂ ਨਹੀਂ ਠੀਕ ਆ ਇਹ ਤਾਂ ਆਉਣ ਵਾਲੇ ਸਮੇਂ ਦੌਰਾਨ ਹੀ ਪਤਾ ਲੱਗੂਗਾ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ